ਅੱਛਾ ਜੀ, ਅੱਜ ਤੁਹਾਨੂੰ ਮੈਂ ਪੁਰਤਗਾਲ ਦੇ ਵਿੱਚ ਫਾਤਿਮਾ ਜਿਹੜਾ ਮੰਦਰ ਕਹਿ ਲਓ, ਚਰਚ ਕਹਿ ਲਓ, ਜੋ ਜਿਹਨੂੰ ਜਿੱਦਾਂ ਚੰਗਾ ਲੱਗਦਾ ਉੱਦਾਂ ਕਹਿ ਲਓ, ਉੱਥੇ ਆਏ ਹਾਂ। ਅਤੇ ਛੋਟੀਆਂ ਛੋਟੀਆਂ ਵੀਡੀਓਜ਼ ਜਿਹੜੀਆਂ ਮੇਰੀਆਂ ਇੰਸਟਾਗ੍ਰਾਮ ਦੀਪਕ ਐਨ ਪੈਰਿਸ, ਯੂਟਿਊਬ ਚੈਨਲ ਦੀਪਕ ਐਨ ਪੈਰਿਸ ਸ਼ੋਰਟਸ ਅਤੇ ਟਿਕਟੋਕ 'ਤੇ ਤੁਸੀਂ ਦੇਖਦੇ ਰਹਿੰਦੇ ਹਾਂ। ਅਤੇ ਇਹਦੀ ਬਹੁਤ ਮਾਨਤਾ ਜੀ, ਤੁਸੀਂ ਇਹਦੀ ਹਿਸਟੋਰੀਕਲ ਜਿਹੜੀ ਉਹ ਚੈੱਕ ਕਰੀਓ। ਇਹ ਚਰਚ ਤੁਹਾਨੂੰ ਬਾਅਦ 'ਚ ਮੈਂ ਅੱਗੇ ਲੈ ਕੇ ਜਾਂਦਾ, ਇਹ ਮੇਨ ਚਰਚ ਆ ਜਿੱਥੇ ਦਰਸ਼ਨ ਕਰਦੇ ਆ ਲੋਕ। ਅਤੇ ਬਹੁਤ ਜ਼ਿਆਦਾ ਇਹਦੀ ਹਿਸਟੋਰੀਕਲ ਜਿਹੜੀ ਮਤਲਬ ਕਿ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿੰਨੀ ਪਵਿੱਤਰ ਜਗ੍ਹਾ ਆ ਇਹ। ਆ ਤੁਹਾਨੂੰ ਮੈਂ ਪਹਿਲਾਂ ਸਾਰਾ ਚਰਚ ਦੇ ਆਲੇ ਦੁਆਲੇ ਤੁਹਾਨੂੰ ਸਾਰਾ ਦਿਖਾ ਦਿੰਦਾ। ਅੰਦਰ ਦੀ ਵੀਡੀਓ ਮੇਰੀ ਇੱਕ ਵੀਡੀਓ ਸ਼ਾਰਟ ਕਲਿਪਸ ਮੈਂ ਪਾ ਦੂੰਗਾ, ਦੇਖ ਲਿਓ। ਅਤੇ ਹੁਣ ਤੁਹਾਨੂੰ ਲੈ ਕੇ ਜਾਂਦਾ, ਪ੍ਰੇਅਰ ਹੁੰਦੀ ਜਿੱਥੇ, ਫਾਤਿਮਾ ਸਰਚ ਕਰੀਓ ਪੁਰਤਗਾਲ 'ਚ। ਪੂਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ, ਔਰ ਯੂਰਪ ਤੋਂ ਤਾਂ ਪੈਦਲ ਚੱਲ ਕੇ ਹੋਰ ਹੋਰ ਕੰਟਰੀਆਂ ਤੋਂ ਲੋਕ ਇੱਥੇ ਆਉਂਦੇ ਆ। ਮੇਨ ਇੱਥੋਂ ਦੀ ਅੰਦਰ ਪੂਰਾ ਜਿਹੜਾ ਇੱਥੇ ਰਸ਼ ਹੁੰਦਾ ਜਦੋਂ, ਲੋਕ ਬਜ਼ੁਰਗਾਂ ਨੂੰ ਲੈ ਕੇ ਆਉਂਦੇ ਆ। ਦੇਖੋ, ਕੋਸ਼ਿਸ਼ ਕਰੂੰਗਾ ਤੁਹਾਨੂੰ ਦੁੱਖੀ ਦੇਖੀ ਲੋਕ ਕਿੱਦਾਂ ਦੇਖੋ ਚੱਲ ਕੇ ਆ ਰਹੇ ਆ। Todo poderoso que es en mi maravilla, santo es tu amor. ਪਵਿੱਤਰ ਜੋਤ ਕਹਿ ਲਓ, ਦਰਸ਼ਨ ਕਰਦੇ ਲੋਕ। ਸੋ ਇਹ ਅਜੀ ਫਾਤਿਮਾ ਦੇਖ ਲਓ, ਲੋਕ ਆ ਰਹੇ ਕਰਦੇ।